रोजाना नए वीडियो देखने के लिए सब्सक्राइब करें और नोटिफिकेशन के लिए बेल आइकन दबाना ना भूलें। ਰਾਜੀ ਤੁਹਾਨੂੰ ਮਾਲੂਮ ਹੈ ਸਕ੍ਰਿਪਟ 'ਚ ਮੇਰਾ ਕੈਰੈਕਟਰ ਇੰਨਾ ਇੰਟੈਂਸ ਹੋ ਗਿਆ ਮੈਂ ਤੁਹਾਨੂੰ ਕੀ ਕਰਾਂ ਮੇਰਾ ਵਾਲੀ ਮਾਂ ਤਾਂ ਬੇੜਾ ਪਾਰ ਲਗਾ ਦੂੰ ਹੈਲੋ ਅਲਕਾ ਪੁੱਤਰ ਕੀ ਹਾਲ ਚਾਲ ਆ ਗਈ ਤੈਨੂੰ ਸੱਸ ਦੀ ਯਾਦ MBA ਕੀ ਹੈ ਟਿਮੀ ਮੀਟਿੰਗ 'ਚ ਹੀ ਹੋਣਾ ਹੈ ਹਾਏ ਹਾਏ ਹੌਲੀ ਬੋਲ ਕੀ ਹੋ ਗਿਆ ਚੁੱਕ ਲਏਗਾ ਫੋਨ ਕਿਹੜਾ ਸੁਨਾਮੀ ਆ ਗਿਆ ਉੱਥੇ ਨਾਲੇ ਸੁਣ ਜਿਹੜੇ ਮੈਂ ਕੱਪੜੇ ਬਾਹਰ ਕੱਢ ਕੇ ਆਈ ਸੀ ਸਰਦੀਆਂ ਦੇ ਉਹਨਾਂ ਨੂੰ ਧੂਪ ਲਗਾ ਦਿੱਤੀ ਹੈ ਹੈਲੋ ਹੈਲੋ ਖਸਮਾਂ ਨੂੰ ਖਾਣੀ ਦੇਖੋ ਭਰਾ ਜੀ ਮੇਰੇ ਮੂੰਹ ਤੇ ਫੋਨ ਕੱਟ ਦਿੱਤਾ ਇਹਨੇ ਹਰੀਓ ਤੋ ਆਂਟੀ ਕਿਆ ਵੋ ਤੁਹਾਰਾ ਗਣੇਸ਼ ਚਤੁਰਥੀ ਮਨਾਏਗੀ ਮੈਂ ਅਲਕਾ ਦੀਦੀ ਕੇ ਸਾਥ ਮੈਂ ਛੇ ਉਹ ਤੇਰੀ ਮਾਸੀ ਲੱਗਦੀ ਹੈ ਕਿਉਂਕਿ ਵੋ ਮੇਰੀ ਕੌਮ ਕੀ ਹੈ ਕਿਵੇਂ ਹੋ ਗਈ ਤੂੰ ਠਹਿਰੀ ਮਰਾਠੀ ਤੇ ਉਹ ਸ਼ਾਦਰਾ ਦੀ ਮੰਜੇ ਆਂਟੀ ਵੋ ਬਹੂ ਕੌਮ ਕੀ ਹੈ ਔਰ ਜੋ ਵੀ ਹਮਾਰੀ ਕੌਮ ਕੀ ਸਿਸਟਰ ਲੋਗ ਕੋ ਅਟੈਕ ਕਰੇਗਾ ਸ਼ਾਂਤੀ ਸ਼ੋਲੇ ਉਸੇ ਕਭੀ ਨਹੀਂ ਛੋੜੇਗੀ ਜੈ ਮਹਾਰਾਸ਼ਟਰ ਮੈਂ ਉਹਨੂੰ ਨਹੀਂ ਛੱਡਦੀ ਤੇ ਤੈਨੂੰ ਕਿਵੇਂ ਛੱਡ ਦਾਂਗੀ ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਆਂਟੀ ਤੁਮ ਜੈਸੀ ਸਾਸ ਕੋ ਤੋ ਕਾਏ ਬੋਲਦਾ ਤੇਲਾ ਹਾਂ ਨਾਸਾ ਮੈਂ ਛੋੜ ਕੇ ਆਉਣਾ ਚਾਹੀਏ ਨੈਸ਼ਨਲ ਲੇਡੀ ਸਾਸ ਐਸੋਸੀਏਸ਼ਨ ਸਭ ਕੋ ਚਾਂਡੇ ਪਟਕੇ ਆਨੇ ਕਾ ਉੱਥੇ ਤੇ ਮੈਂ ਤੈਨੂੰ ਛੱਡ ਕੇ ਆਵਾਂਗੀ ਆਂਟੀ ਤੁਮ ਕੋ ਨਾ ਸ਼ਰਮੀਲਾ ਔਰ ਜਯਾ ਕੀ ਮਾਫੀ ਕੋ ਹੋਣਾ ਚਾਹੀਏ ਐ ਸ਼ਰਮੀਲਾ ਟਗੋਰ ਤੇ ਜਯਾ ਬੱਚਨ ਇੱਕਦਮ ਬਰੋਬਰ ਆਂਟੀ ਉਧਰ ਕੇਨਸ ਮੈਂ ਐਸ਼ਵਰਿਆ ਰਾਏ 25-25 ਕਿਲੋ ਕਾ ਗਾਊਨ ਪਹਿਨ ਕੇ ਘੁੰਮਦੀ ਹੈ ਕਿਆ ਕਭੀ ਜਯਾ ਬੱਚਨ ਬੀਚ ਮੈਂ ਬੋਲੀ ਨਹੀਂ ਨਾ ਕਰੀਨਾ ਕਪੂਰ ਨੇ ਆਪਣੇ ਬੇਟੇ ਕੇ ਲਿਏ ਮਸਤ ਨੈਨੀ ਰੱਖਾ ਕਿਆ ਸ਼ਰਮੀਲਾ ਟੈਗੋਰ ਨੇ ਉਸਕੋ ਇੰਟਰਫੇਅਰ ਕੀਆ ਨਹੀਂ ਨਾ ਸਾਸ ਕੋ ਐਸਾ ਹੀ ਚੋਨਾ ਮੰਗਤਾ ਬੇੜਾ ਤਰੇ ਤੂੰ ਕਿਹੜੀ ਕਰੀਨਾ ਕਪੂਰ ਹੈਗੀ ਹੈ ਐਸ਼ਵਰਿਆ ਰਾਏ ਬੱਚਨ ਹੈਗੀ ਹੈ ਸ਼ਰਮੀਲਾ ਟੈਗੋਰ ਤੇ ਜਯਾ ਬੱਚਨ ਦੋਨੋਂ ਬੰਗਾਲਾਂ ਆ ਗਈਆਂ ਨੇ ਉਹ ਤੇ ਵੈਸੇ ਹੀ ਸਭ ਕੋਲੋਂ ਡਰ ਜਾਂਦੇ ਨੇ ਲੇਕਿਨ ਮੈਂ ਆ ਗਈਆਂ ਪੱਕੀ ਪੰਜਾਬਨ ਮੈਂ ਕਿਸੇ ਕੋਲੋਂ ਨਹੀਂ ਡਰਦੀ ਤੇ ਨੂੰਹਾਂ ਨੂੰ ਤਾਂ ਮੈਂ ਬਿਲਕੁਲ ਨਹੀਂ ਛੱਡਾਂਗੀ ਆਂਟੀ ਬੰਗਾਲੀ ਔਰ ਮਰਾਠੀ ਮੈਂ ਇਤਨਾ ਗ੍ਰੇਸ ਹੋਤਾ ਇਤਨਾ ਗ੍ਰੇਸ ਹੋਤਾ ਕਿ ਤੁਮ ਪੰਜਾਬੀ ਲੋਕ ਕੁਛ ਵੀ ਕੰਪੇਅਰ ਨਹੀਂ ਕਰ ਸਕਤੇ ਗ੍ਰੇਸ ਗ੍ਰੇਸ ਦੀ ਗੱਲਾਂ ਕਰਨੀ ਪਈਆਂ ਤੂੰ ਮੇਰੇ 'ਚ ਤੇ ਭਰਾ ਜੀ ਇੰਨੀ ਗ੍ਰੇਸ ਹੈਗੀ ਭਰਾ ਜੀ ਕਿ ਮੇਰੇ ਘਰ 'ਚ ਤੇ ਕਰੋਕਰੀ ਵੀ ਬੋਨ ਚਾਈਨਾ ਦੀ ਹੈਗੀ ਹੈ ਮੈਂ ਤੁਹਾਨੂੰ ਕਰਕੇ ਦਿਖਾਉਂਦੀ ਹਾਂ ਭਰਾ ਜੀ ਕੈਨ ਯੂ ਪਲੀਜ਼ ਪਾਸ ਮੀ ਦ ਕੁਕੀਆਂ ਸ਼ਾਂਤੀ ਗੋ ਮੇਕ ਸਮ ਟੈਮਰਿੰਡ ਟੀ ਆਂਟੀ ਕਾਰਡੇ ਮੈਮ ਇੱਕੋ ਹੀ ਗੱਲ ਹੁੰਦੀ ਹੈ ਖਸਮਾਂ ਨੂੰ ਖਾਣੀ ਭਰਾ ਜੀ ਮੇਰੇ ਕੋਲ ਤੇ ਸਾਊਥ ਦਿੱਲੀ ਦੀਆਂ ਜਨਾਨੀਆਂ ਗ੍ਰੇਸ ਤੇ ਲੈਸਨ ਲੈਣ ਆਉਂਦੀਆਂ ਨੇ ਭੈਣ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਆਂਟੀ ਇਹ ਨਾ ਸਭ ਤੁਹਾਰਾ ਐਕਟਿੰਗ ਮੈਂ ਸਮਝਦੀ ਹੈ ਤੁਮ ਵੋ ਸਾਸ ਹੈ ਜੋ ਆਪਣੀ ਬਹੂ ਕੀ ਮੂੰਹ ਦਿਖਾਈ ਕਾ ਪੈਸਾ ਵੀ ਨਾ ਆਪਣੇ ਹੀ ਚ ਬਟੂਏ ਮੇ ਰੱਖੀ ਉਹ ਤੇ ਇਸ ਵਾਸਤੇ ਕਿਉਂਕਿ ਸ਼ਾਦੀ ਦੇ ਸਾਰੇ ਸਗਨਾਂ ਵਾਲੇ ਲਿਫਾਫੇ ਉਹਨੇ ਆਪਣੀ ਮਾਂ ਨੂੰ ਫੜਾ ਦਿੱਤੇ ਸੀ ਭੈਣ ਜੀ ਮੇਰੀ ਨੂੰਹ ਨੇ ਵੀ ਅੱਜ ਤੱਕ ਕੋਈ ਲਿਫਾਫਾ ਵਾਪਸ ਨਹੀਂ ਦਿੱਤਾ ਲੋ ਦੱਸੋ ਐ ਅੰਕਲ ਦੀਦੀ ਬਹੁਤ ਸਵੀਟ ਹੈ ਹਾਂ ਉਨਕੇ ਬਾਰੇ ਮੈਂ ਕੁਛ ਨਹੀਂ ਸੁਨੇਗੀ ਨੂੰਹਾਂ ਦਾ ਇਹ ਇੱਕ ਰੋਣਾ ਹੈ ਬਾਹਰ ਵਾਲਿਆਂ ਦੇ ਨਾਲ ਸਭ ਦੇ ਨਾਲ ਸਵੀਟ ਬਣਦੀਆਂ ਨੇ ਤੇ ਘਰ ਦੇ ਸੱਸ ਸਹੁਰੇ ਦੇ ਨਾਲ ਸ਼ੂਗਰ ਫ੍ਰੀ ਵਾਲਾ ਵਿਵਹਾਰ ਅਰੇ ਦੇਵਾ ਆਂਟੀ ਤੁਮ ਤੋ ਵੋ ਬਿਲਕੁਲ ਸੀਰੀਅਲ ਕੀ ਸਾਸ ਕੇ ਮਾਫਿਕ ਹੈ ਜੋ ਆਪਣੀ ਮੋਟੀ ਕਮਰ ਵਿੱਚ ਚਾਬੀ ਦਬਾ ਕੇ ਰੱਖਦੀ ਹੈ ਔਰ ਉਸਕੇ ਬਾਅਦ ਬਹੂ ਕੋ ਕਮੋਲਿਕਾ ਬਨਨੇ ਪੇ ਮਜਬੂਰ ਕਰ ਦੇਤੀ ਹੈ ਸੀਰੀਅਲ ਵਾਲੀ ਸਾਸ ਇਹੀ ਤੇ ਮੇਰਾ ਕੈਰੈਕਟਰ ਹੈਗਾ ਵੇਖਿਆ ਭਰਾ ਜੀ ਮੈਂ ਕਹਿ ਰਹੀ ਸੀ ਨਾ ਮੈਂ ਕਿੰਨੀ ਇੰਟੈਂਸ ਐਕਟਿੰਗ ਕਰਨੀ ਆ ਇਹ ਸਭ ਸ਼ਾਂਤੀ ਕਰਕੇ ਇਹੀ ਮੇਰਾ ਟੈਲੈਂਟ ਪਛਾਣ ਸਕਦੀ ਹੈ ਚੱਲ ਸ਼ਾਂਤੀ ਹੁਣ ਬੁੱਧੀ ਠੀਕ ਕਰ ਲੈ ਹੁਣ ਜਾ ਕੇ ਤੜਕਾ ਲਗਾ ਲੈ ਤੂੰ ਸ਼ਾਂਤੀ ਬੋਧਾ ਇੱਕ ਮਿੰਟ ਉਹ ਕੜੀ ਪੱਤਾ ਨਾ ਨਾ ਭਰਾ ਜੀ ਅੱਜ ਤੇ ਇਹਨੂੰ ਪਾਣ ਦਿਓ ਅੱਜ ਕੜੀ ਬੰਦੀ ਪਈ ਹੈ ਪਾ ਲੈ